ਮੈਂ ਸ਼ਰਾਬ ਪੀਤੀ ਹੈ, ਮੈਂ ਕੋਈ ਮੁਨਕਰ ਨਹੀਂ ਹੋਇਆ, ਮੈਂ ਸ਼ਰਾਬ ਪੀਂਦਾ ਰਿਹਾ, ਹੁਣੇ ਮੈਂ ਪੀਂਦਾ ਰਿਹਾ। ਲੇਕਿਨ ਮੈਂ ਇੱਕੋ ਗੱਲ ਕਹਿਣਾ ਕਿ ਗੁਰਦੁਆਰਿਆਂ ਦਾ ਧਨ ਖਾਣਾ ਪੀਣਾ, ਗੁਰਦੁਆਰਾ ਨੂੰ ਲੁੱਟਣਾ, ਉਹ ਸ਼ਰਾਬ ਚੰਗੀ ਹੈ? ਉਹ ਚੀਜ਼ ਚੰਗੀ, ਮੈਨੂੰ ਉਹੀ ਜਵਾਬ ਦੇ ਸਕਦੇ। ਕੁਛ ਬੰਦਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੀ SGPC ਨੂੰ ਗੁਲਾਮ ਜਾਣਾ ਛੱਡੇ। ਮੈਂ ਕਿਹਾ ਸੁਖਬੀਰ ਸਿੰਘ ਬਾਦਲ ਕੋਈ ਐਸਾ ਬੰਦਾ ਨਹੀਂ ਚਾਹੁੰਦਾ ਜਿਹੜਾ 2% ਵੀ ਇੰਡੀਪੈਂਡੈਂਟ ਡਿਸੀਜ਼ਨ ਲੈ ਸਕਦਾ ਹੋਵੇ। ਮੈਂ ਅੱਜ ਤੁਹਾਨੂੰ ਇੰਨਾ ਹੀ ਕਹਿ ਸਕਦਾ ਕਿ ਤੁਸੀਂ ਮਾਰਚ ਦਾ ਮਹੀਨਾ ਦੇਖੋਗੇ ਕਿ ਲੋਕ ਕਿੰਨੇ ਸਾਡੇ ਨਾਲ ਆਉਣਗੇ ਔਰ ਉਹ ਅਕਾਲੀ ਦਲ ਨੂੰ ਹੀ ਛੱਡ ਕੇ ਆਉਣਗੇ। ਮੈਂ ਇਮਾਨਦਾਰੀ ਨਾਲ ਕਹਿੰਦਾ, ਮੈਂ ਕਿਸੇ ਨਾਲ ਨਾ ਰਲਿਆ, ਨਾ ਮੈਂ ਕਿਸੇ ਨਾਲ ਰਲਣਾ। ਕੀ ਹੈ ਕਿ ਜਦੋਂ ਅਸੀਂ ਇੱਕ ਆਵਾਜ਼ ਉਠਾਈ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਲੁੱਟੀ ਜਾ ਰਹੀ ਹੈ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਹੀ ਇੱਕ ਡਿਕਟੇਟਰਾਂ ਤਰੀਕੇ ਨਾਲ ਚਲਾਇਆ ਜਾ ਰਿਹਾ, ਕਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭਤਾ ਘਟਾਈ ਹੈ, ਉਹਨਾਂ ਸਾਰੀਆਂ ਨੂੰ ਬਹਾਲ ਕਰਾਉਣ ਲਈ ਇੱਕ ਮੁਹਿੰਮ ਚਲਾਈ ਹੈ, ਜਿਹਦੇ 'ਚ ਪਹਿਲਾਂ ਅਸੀਂ 3 ਗਰੁੱਪ ਇਕੱਠੇ ਹੋਏ ਸੀ। ਸ਼੍ਰੋਮਣੀ ਅਕਾਲੀ ਦਲ ਜਿਹੜਾ ਟਕਸਾਲੀ ਬਣਿਆ ਸੀ 1920 ਅਕਾਲੀ ਦਲ, ਅਤੇ ਇੱਕ ਅਸੀਂ ਸਾਡਾ ਗਰੁੱਪ ਰਹੇ, ਅਤੇ ਇਸ ਕਰਕੇ ਉਹਨਾਂ ਦਾ ਉਹਨਾਂ ਦੇ ਇਹਨਾਂ ਨੂੰ ਆਜ਼ਾਦ ਕਰਾਉਣ ਲਈ ਕਹਿ ਲਓ, ਇਹਨਾਂ ਦਾ ਜੋ ਕੁਝ ਉੱਥੇ ਵਾਪਰਿਆ ਉਹਨੂੰ ਠੀਕ ਕਰਨ ਲਈ ਸ਼੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਇਲੈਕਸ਼ਨਾਂ 'ਚ ਇਲੈਕਸ਼ਨ ਲੜਨ ਲਈ ਇਕੱਠੇ ਹੋਏ ਹਾਂ। ਅਤੇ ਸਾਰੇ ਵੀਰਾਂ ਨੂੰ ਬੇਨਤੀ ਕਰਨ ਆਇਆ ਕਿ ਆਪਣਾ ਧਰਮ ਬਚਾ ਲਓ, ਜਿਤਨੀ ਦੇਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਨਹੀਂ ਹੁੰਦੀ ਤਾਂ ਸਿੱਖੀ ਨਹੀਂ ਬਚ ਸਕਦੀ। ਔਰ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ 'ਤੇ ਜੋ ਵੋਟ ਹੈ ਉਹ ਤਾਂ ਪੂਰੀ ਤਰ੍ਹਾਂ ਬਹਾਲ ਨਹੀਂ ਕਰ ਸਕਦੇ ਤੁਸੀਂ ਜਿੰਨੀ ਚਿਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਤੁਸੀਂ, ਕਿਉਂਕਿ ਸਭ ਤੋਂ ਵੱਡੀ ਤਾਕਤ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੈਗੀ। ਇਸ ਕਰਕੇ ਅਸੀਂ ਅੱਜ ਪਾਰਟੀ ਵੀ ਨਹੀਂ, ਕੁਛ ਬੰਦਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੀ SGPC ਨੂੰ ਗੁਲਾਮ ਜਾਣਾ ਛੱਡੇ। ਅਸੀਂ ਚਾਹੁੰਦੇ ਹਾਂ ਕਿ ਰਾਜਨੀਤੀ ਅਤੇ ਧਰਮ ਭਾਵੇਂ ਇਕੱਠੇ ਨੇ ਸਿੱਖਾਂ ਲਈ, ਲੇਕਿਨ ਰਾਜਨੀਤੀ ਦੇ ਉੱਪਰ ਕੁੰਡਾ ਧਰਮ ਦਾ ਹੋਣਾ ਚਾਹੀਦਾ, ਉਹਦੇ ਲਈ ਸਾਡੀ ਜੱਦੋਜਹਿਦ ਹੈ, ਉਹ ਜੱਦੋਜਹਿਦ ਲਈ ਅਸੀਂ ਸਾਰਿਆਂ ਨੂੰ ਜਾਗਰੂਕ ਕਰਦੇ ਹਾਂ। ਸਰ, ਤੋਤਾ ਸਿੰਘ ਨੇ ਕਿਹਾ ਜਿਹੜੇ SGPC ਮੈਂਬਰ ਰਲੇ ਆ ਉਹਨਾਂ ਨੇ ਅੱਜ ਤੱਕ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ, ਉਹ ਤਾਂ ਸਰਦਾਰ ਜੁਗਰਾਜ ਸਿੰਘ ਨੇ ਸਾਰਿਆਂ ਦੇ ਸਾਹਮਣੇ ਦੱਸਤਾ, ਅਤੇ ਇਹਨਾਂ ਨੇ ਇਹ ਵੀ ਦੱਸਤਾ ਵੀ ਜਸਦਾਰ ਜੀ ਕੀ ਕਰਦੇ ਰਹੇ ਨੇ। ਔਰ ਮੈਨੂੰ ਉਹਦੇ ਬਾਰੇ ਮੈਂ ਤਾਂ ਬਹੁਤਾ ਕੀ ਕਹਿਣਾ, ਇਹ ਤਾਂ ਜੁਗਰਾਜ ਸਿੰਘ ਨੇ ਖੁਦ ਦੱਸਤਾ ਆਪਣੇ ਆਪ ਕਿ ਆਓ ਭਾਈ ਗੁਰਦੁਆਰੇ ਚੱਲਦੇ ਹਾਂ, ਬੱਚਿਆਂ ਨੂੰ ਲਿਆਓ ਆਪਾਂ ਆਪਣੇ ਨੂੰ, ਅਤੇ ਚਲੋ ਅਰਦਾਸ ਕਰੀਏ, ਇੱਦੂ ਵੱਡਾ ਤਾਂ ਹੋਰ ਕੋਈ ਹੋ ਨਹੀਂ ਸਕਦਾ। ਤੁਸੀਂ ਪ੍ਰਧਾਨ ਨੂੰ ਲੈ ਕੇ ਵੀ ਤੁਸੀਂ ਹੁਣ ਬੋਲੇ ਹੋ ਭਾਸ਼ਣ 'ਚ ਕਿ ਜਥੇਦਾਰ ਤੋਤਾ ਸਿੰਘ ਨੂੰ ਕਹਿ ਰਹੇ ਸੀਗੇ ਪਰ ਬਾਦਲ ਸਾਹਿਬ ਨਹੀਂ ਚਾਹੁੰਦੇ ਸੀਗੇ ਉਹ ਬਣ। ਮੈਂ ਕਿਹਾ ਸੁਖਬੀਰ ਸਿੰਘ ਬਾਦਲ ਕੋਈ ਐਸਾ ਬੰਦਾ ਨਹੀਂ ਚਾਹੁੰਦਾ ਜਿਹੜਾ 2% ਵੀ ਇੰਡੀਪੈਂਡੈਂਟ ਡਿਸੀਜ਼ਨ ਲੈ ਸਕਦਾ ਹੋਵੇ। ਇੱਕ ਪਲੇਟਫਾਰਮ 'ਤੇ ਹਾਂ, ਆਹ ਦੇਖੋ ਨਾ 21 ਤਾਰੀਖ ਨੂੰ ਅਸੀਂ ਅੱਜ ਇੱਕ ਇੱਕ ਕਾਨਫਰੰਸ ਅਟੈਂਡ ਕਰ ਰਹੇ ਹਾਂ, ਸਾਰੇ ਆਪੋ ਆਪਣੇ ਏਰੀਆ 'ਚ ਕੰਮ ਕਰ ਰਹੇ ਨੇ। ਨਹੀਂ, ਇੱਕ ਮਿੰਟ ਜੀ, ਅਸੀਂ 21 ਤਾਰੀਖ ਨੂੰ ਸਰਦਾਰ ਬਨਪੁਰਾ ਕਰ ਰਹੇ, ਉੱਥੇ ਅਸੀਂ ਸਾਰੇ ਜਾਵਾਂਗੇ। 23 ਤਾਰੀਖ ਨੂੰ ਮੇਰੇ ਸੰਗਰੂਰ ਸਾਰੇ ਆਉਣਗੇ, ਸਰਦਾਰ ਰਵਿੰਦਰ ਸਿੰਘ ਜੀ ਨੇ ਆਪਣੇ ਰੋਪੜ ਜ਼ਿਲ੍ਹੇ 'ਚ ਕਰਨਾ, ਉੱਥੇ ਸਾਰੇ ਜਾਣਗੇ ਜਿਹੜੇ ਇਸ ਤਰ੍ਹਾਂ ਉਹ ਆਪੋ ਆਪਣੇ ਏਰੀਏ 'ਚ ਸਾਰੇ ਕਰਦੇ ਨੇ, ਉਹਨਾਂ ਨੇ ਲੋਕਾਂ ਨੇ ਜਿਨ੍ਹਾਂ ਨਾਲ ਕੋਈ ਕਿਸੇ ਦਾ ਪਿਆਰ ਹੈ ਉਹ ਆ ਕੇ ਕਰਦੇ ਨੇ। ਨੰਬਰ 2 ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲਈ ਕੁਛ ਐਸੇ ਸੱਜਣ ਵੀ ਐਸੀਆਂ ਜਥੇਬੰਦੀਆਂ ਵੀ ਸਾਡੇ ਨਾਲ ਹੋਣਗੀਆਂ ਜਿਹੜੀਆਂ ਰਾਜਨੀਤਿਕ ਇਲੈਕਸ਼ਨ ਨਹੀਂ ਲੜਨੀਆਂ ਚਾਹੁੰਦੀਆਂ, ਜਿਵੇਂ ਫੂਲਕਾ ਸਾਹਿਬ ਨੇ, ਭਾਈ ਰਣਜੀਤ ਸਿੰਘ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ, ਔਰ ਸਰਦਾਰ ਰਵਿੰਦਰ ਸਿੰਘ ਨੇ, ਉਹ ਵੀ ਕਹਿੰਦੇ ਵੀ ਅਸੀਂ ਪਾਰਲੀਮੈਂਟ ਅਸੈਂਬਲੀ ਨਹੀਂ ਲੜਨੀ। ਮੈਂ ਅੱਜ ਤੁਹਾਨੂੰ ਇੰਨਾ ਹੀ ਕਹਿ ਸਕਦਾ ਕਿ ਤੁਸੀਂ ਮਾਰਚ ਦਾ ਮਹੀਨਾ ਦੇਖੋਗੇ ਕਿ ਲੋਕ ਕਿੰਨੇ ਸਾਡੇ ਨਾਲ ਆਉਣਗੇ ਔਰ ਅਕਾਲੀ ਦਲ ਨੂੰ ਹੀ ਛੱਡ ਕੇ ਆਉਣਗੇ। ਨਹੀਂ, ਸੰਪਰਕ ਤਾਂ ਸਾਰਿਆਂ ਨਾਲ ਹੋ ਰਿਹਾ, ਅੱਜ ਕਿਸੇ ਤੋਂ ਕੁਛ ਨਹੀਂ ਕਿਹਾ ਜਾ ਸਕਦਾ, ਕੋਈ ਕਮੈਂਟ ਥੋੜ੍ਹਾ ਕੀਤਾ ਜਾ ਸਕਦਾ। ਢੀਂਡਸਾ ਸਾਹਿਬ, ਇੱਕ ਇੱਥੇ ਜਥੇਦਾਰ ਧੜੇ ਦੇ ਬੰਦੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਉਂਦੇ ਸੀ, ਕਹਿੰਦੇ ਢੀਂਡਸਾ ਸਾਹਿਬ ਸ਼੍ਰੋਮਣੀ ਕਮੇਟੀ ਸਧਾਰਨ ਦੀ ਗੱਲ ਕਰਦੇ ਆ, ਟੈਬ ਨੇ ਸਕੋਚ ਦੇ ਪੈਗ ਮਾਰ ਕੇ ਨਸ਼ੇ ਕਰਦੇ ਆ, ਇਹਦੇ ਬਾਰੇ ਤੁਹਾਡਾ ਹੀ ਕਹਿਣਾ ਹੈ? ਮੈਂ ਸ਼ਰਾਬ ਪੀਤੀ ਹੈ, ਮੈਂ ਕੋਈ ਮੁਨਕਰ ਨਹੀਂ ਹੋਇਆ, ਮੈਂ ਸ਼ਰਾਬ ਪੀਂਦਾ ਰਿਹਾ, ਹੁਣੇ ਮੈਂ ਪੀਂਦਾ ਰਿਹਾ। ਲੇਕਿਨ
मैं एक गल कहना कि गुरुद्वारा का धन खाना पीना गुरुद्वारा नु लुटना वो शराब चंगी है कि चीज चंगी मैं उही जवाब दे दें। मैं तो कभी मुनकर नहीं होया, वो भी मुनकर होंगे ने कि असी नहीं खाते। ਦੇਖੋ ਜੀ ਬਾਰ ਬਾਰ ਇਹੀ ਕਹਿੰਦੇ ਆ ਵੀ ਢੀਂਡਸਾ ਸਾਹਿਬ ਕਾਂਗਰਸ ਦੇ ਹੱਥੀ ਚੜ ਗਏ, ਕਾਂਗਰਸ ਦੇ ਮਗਰ ਲੱਗ ਕੇ ਕਰ ਰਹੇ ਆ। ਉਹ ਮੈਂ ਤਾਂ ਉਦੋਂ ਹੀ ਕਿਹਾ ਸੀ ਮਹਾਰਾਜ ਕਿ ਕਈ ਕਹਿੰਦੇ ਨੇ ਬੀਜੇਪੀ ਨਾਲ ਰਲਿਆ, ਹੁਣ ਦੱਸੋ ਮੈਂ ਕਿਹਦੇ ਨਾਲ ਰਲਿਆ। ਮੈਂ ਮਾਨਦਾ ਨਾਲ ਕਹਿੰਦਾ ਮੈਂ ਕਿਸੇ ਨਾਲ ਨਾ ਰਲਿਆ, ਨਾ ਮੈਂ ਕਿਸੇ ਨਾਲ ਰਲਣਾ। ਮੈਂ ਇੱਕ ਕਮਿਸ਼ਨ ਲੈ ਕੇ ਅਸੀਂ ਚੱਲੇ ਹਾਂ ਸਾਰੇ ਕਿ ਅਸੀਂ ਗੁਰੂ ਘਰ ਆਜ਼ਾਦ ਕਰਾਉਣੇ ਨੇ ਔਰ ਉਹਨਾਂ ਦੀ ਲੁੱਟ ਕਸੁੱਟ ਬੰਦ ਕਰਾਉਣੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹਨੂੰ ਡਿਕਟੇਟਰਸ਼ਿਪ 'ਚੋਂ ਕੱਢ ਕੇ ਡੈਮੋਕ੍ਰੇਟਿਕ ਰਾਜ ਜਿਸ ਸਿਧਾਂਤਾਂ ਲਈ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ, ਉਹ ਬਣਾਉਣਾ। ਔਰ ਨਾਲ ਦੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉਹੀ ਬਹਾਲ ਕਰਨਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।